ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸ਼ੁਰੂਆਤ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੀ। ਸਿੱਧੂ ਮੂਸੇਵਾਲਾ ਤੇ ਸਾਰਾ ਗੁਰਪਾਲ ਦਾ ਗਾਣਾ, ਰਣਜੀਤ ਬਾਬਾ ਦੀ ਐਲਬਮ, ਦਿਲਪ੍ਰੀਤ ਢਿੱਲੋਂ ਦੀ ਐਲਬਮ, ਮਨਕੀਰਤ ਔਲਖ ਦਾ ਵਿਵਾਦ ਤੇ ਦੋਸਤੋ ਇੱਕ ਦੋ ਹੋਰਨਾਂ ਸਟਾਰਾਂ ਦਾ ਆਪਾਂ ਵਾਰੋ ਵਾਰੀ ਜ਼ਿਕਰ ਕਰਾਂਗੇ। ਤੇ ਦੋਸਤੋ ਸਭ ਤੋਂ ਪਹਿਲਾਂ ਸਿੱਧੂ ਦਾ ਹੀ ਜ਼ਿਕਰ ਕਰਾਂਗੇ, ਸਾਰਾ ਗੁਰਪਾਲ ਵਾਲਾ ਗਾਣਾ, ਜੋ ਕਿ ਦੋਸਤੋ ਲਗਭਗ 1.5-2 ਸਾਲ ਪਹਿਲਾਂ ਦਾ ਸ਼ੂਟ ਹੋ ਚੁੱਕਾ ਸੀ। ਤੇ ਦੋਸਤੋ ਉਸੇ ਟਾਈਮ ਦੀ ਹੀ ਇੱਕ ਕਲਿੱਪ ਪਹਿਲਾਂ ਵੀ ਵਾਇਰਲ ਹੋਈ ਸੀ ਤੇ ਕੱਲ ਤਾਂ ਸਿੱਧੂ ਮੂਸੇਵਾਲੇ ਦਾ ਇਹ ਗਾਣਾ ਲੀਕ ਵੀ ਹੋ ਗਿਆ ਸੀ। ਤੇ ਜਿਸ ਕਰਕੇ ਦੋਸਤੋ ਅੱਜ ਸਿੱਧੂ ਮੂਸੇਵਾਲੇ ਨੂੰ ਸ਼ਡਿਊਲ ਨੂੰ ਚੇਂਜ ਕਰਦਿਆਂ ਹੋਇਆ ਇਸ ਨੂੰ ਪਹਿਲਾਂ ਹੀ ਰਿਲੀਜ਼ ਕਰਨਾ ਪਿਆ। ਤੇ ਦੋਸਤੋ ਲੀਕ ਹੋਣ ਦੇ ਬਾਵਜੂਦ ਵੀ ਇਸ ਗਾਣੇ ਨੇ ਪੂਰੀ ਤੱਕ ਪਾ ਦਿੱਤੀ ਹੈ। ਤੇ ਦੋਸਤੋ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਗਾਣੇ 4-5 ਲੱਖ ਦੇ ਕਰੀਬ ਫ੍ਰੀਜ਼ ਹੋ ਜਾਂਦੇ ਹਨ, ਉਸੇ ਤਰ੍ਹਾਂ ਹੀ ਦੋਸਤੋ ਇਸ ਗਾਣੇ ਨਾਲ ਵੀ ਹੋਇਆ। 4,92,000 ਤੇ ਇਸ ਗਾਣੇ ਦੇ ਵਿਊਜ਼ ਫ੍ਰੀਜ਼ ਹੋ ਚੁੱਕੇ ਸਨ, ਪਰ ਦੋਸਤੋ ਪਹਿਲੇ 1 ਘੰਟੇ ਵਿੱਚ ਹੀ ਤਕਰੀਬਨ 10 ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਸਨ। ਇਹ ਜਾਣਕਾਰੀ ਦਿੱਤੀ ਹੈ ਦੋਸਤੋ ਸਿੱਧੂ ਮੂਸੇਵਾਲੇ ਦੀ ਅਫੀਸ਼ੀਅਲ ਟੀਮ ਨੇ। ਤੇ ਦੋਸਤੋ ਕਿਸੇ ਵੀ ਹੋਰ ਸਿੰਗਰ ਦਾ ਜ਼ਿਕਰ ਕਰਨ ਤੋਂ ਪਹਿਲਾਂ ਤੁਹਾਨੂੰ ਸਿੱਧੂ ਦੇ ਇਸ ਗਾਣੇ ਦੀਆਂ ਕੁਝ ਕੁ ਲਾਈਨਾਂ, ਜਿਨ੍ਹਾਂ ਦੀ ਕਿ ਮੀਨਿੰਗ ਸ਼ਾਇਦ ਕੁਝ ਲੋਕਾਂ ਨੂੰ ਨਾ ਪਤਾ ਲੱਗੇ ਹੋਣ, ਉਹਨਾਂ ਬਾਰੇ ਅਸੀਂ ਜ਼ਰੂਰ ਦੱਸਣਾ ਚਾਹਾਂਗੇ। ਪਹਿਲਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਲਾਈਨ ਸੀ, ਲਿਸਟ ਟੂ ਕਿਲ ਦੀ ਇਹ ਮੰਗ ਕਰੇ ਨੀ, ਤਾਂ ਦੋਸਤੋ ਇਸ ਵਿੱਚ ਲਿਸ ਇਸ ਸਲੈਂਗ ਬਾਰੇ ਸ਼ਾਇਦ ਹੀ ਦੋਸਤੋ ਕਿਸੇ ਨੂੰ ਪਤਾ ਹੋਵੇ। ਵੈਸੇ ਦੋਸਤੋ ਇਸ ਨੂੰ ਆਪਾਂ ਪੂਰੇ ਵਰਲਡ ਵਿੱਚ ਕਹਿ ਸਕਦੇ ਹਾਂ ਕਿ ਲਾਇਸੈਂਸ, ਕਿ ਕਿਸੇ ਨੂੰ ਵੀ ਕਿਲ ਕਰਨ ਤੋਂ ਪਹਿਲਾਂ ਲਾਇਸੈਂਸ ਦੀ ਲੋੜ ਪੈਂਦੀ ਹੈ। ਇਦਾਂ ਦੋਸਤੋ ਸਿੱਧੂ ਮੂਸੇਵਾਲਾ ਆਪਣੇ ਗਾਣੇ ਵਿੱਚ ਜ਼ਿਕਰ ਕਰ ਰਿਹਾ ਹੈ। ਤੇ ਦੋਸਤੋ ਫਿਰ ਕਿਹਾ ਸੀ ਸਿੱਧੂ ਮੂਸੇਵਾਲੇ ਨੇ ਕੈਮੋ ਜੈਕਟਾਂ ਦੇ ਵਿੱਚ ਸਾਂਭ ਰੱਖੀ ਦੀ, ਕੈਮੋ ਜੈਕਟਾਂ ਦੇ ਵਿੱਚ ਸਾਂਭ ਰੱਖੀ ਦੀ, ਦੋਸਤੋ ਉਹ ਸ਼ਖਸ ਹੈ ਰਸ਼ੀਆ ਦੀ ਆਰਮੀ ਦਾ ਲੈਫਟੀਨੈਂਟ ਜਨਰਲ, ਜਿਸ ਨੇ ਕਿ ਦੋਸਤੋ AK-47 ਤੇ ਇੱਕ ਦੋ ਹੋਰ ਜੋ ਮਸ਼ੀਨ ਗੰਨਾਂ ਕਹਿ ਲਓ, RPG ਲਾਈਟ ਮਸ਼ੀਨ ਗੰਨ ਇਹੋ ਜਿਹੀਆਂ ਦਾ ਦੋਸਤੋ ਉਸਨੇ ਨਿਰਯਾਤ ਕੀਤਾ ਸੀ, ਇੰਪਰੂਵਮੈਂਟ ਕੀਤੀ ਸੀ, ਇਹਨਾਂ ਨੂੰ ਬਣਾਇਆ ਸੀ, ਜਿਸ ਕਰਕੇ ਹੀ ਦੋਸਤੋ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਤੇ ਦੋਸਤੋ ਇਹ ਜਾਣਕਾਰੀ ਮਿਲੀ ਹੈ ਸਿੱਧੂ ਮੂਸੇਵਾਲੇ ਦੇ ਕੁਝ ਫੈਨ ਪੇਜਾਂ ਤੋਂ ਹੀ। ਤੇ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਤੁਸੀਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਰਣਜੀਤ ਬਾਬਾ ਦਾ। ਐਲਾਨ ਤਾਂ ਦੋਸਤੋ ਇਸਨੇ ਐਲਬਮ ਦਾ ਪਿਛਲੇ ਮਹੀਨੇ ਦਾ ਹੀ ਕੀਤਾ ਹੋਇਆ ਹੈ ਤੇ ਇਸਨੇ ਇਹ ਵੀ ਕਿਹਾ ਸੀ ਕਿ ਜੂਨ ਮਹੀਨੇ ਵਿੱਚ ਮੇਰੀ ਐਲਬਮ ਰਿਲੀਜ਼ ਹੋਵੇਗੀ। ਤੇ ਦੋਸਤੋ ਹਾਲ ਹੀ ਰਣਜੀਤ ਬਾਬਾ ਨੇ ਇਸ ਦਾ ਅਫੀਸ਼ੀਅਲ ਪੋਸਟਰ ਪਾ ਦਿੱਤਾ ਹੈ ਤੇ ਨਾਲ ਇਹ ਵੀ ਦੱਸ ਦਿੱਤਾ ਹੈ ਕਿ ਇਸ ਐਲਬਮ ਵਿੱਚ ਕਿਸ ਕਿਸ ਨੇ ਸਹਿਯੋਗ ਦਿੱਤਾ ਹੈ। ਤੇ ਦੋਸਤੋ ਸਿੱਧੂ ਮੂਸੇਵਾਲੇ ਦੇ ਹੀ ਦੋਸਤ ਅਮਰਤ ਮਾਨ, ਬਾਂਟੀ ਬੈਂਸ, ਨਰਿੰਦਰ ਬਾਠ, ਇਹਨਾਂ ਦਾ ਵੀ ਅਹਿਮ ਰੋਲ ਰਹਿਣ ਵਾਲਾ ਹੈ ਰਣਜੀਤ ਬਾਬਾ ਦੀ ਇਸ ਐਲਬਮ ਵਿੱਚ। ਤੇ ਦੋਸਤੋ ਇਸ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਰਣਜੀਤ ਬਾਬਾ ਨੇ ਲਿਖਿਆ, ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ, ਮੁੰਡਾ ਆਪ ਹੀ ਉੱਚੀ ਗਾਉਂਦਾ। ਸੋ ਦੋਸਤੋ ਇਸੇ ਹੀ ਪੋਸਟ ਨੂੰ ਅਮਰਤ ਮਾਨ ਨੇ ਵੀ ਸ਼ੇਅਰ ਕੀਤਾ। ਤੇ ਦੋਸਤੋ ਅਮਰਤ ਮਾਨ ਬਾਰੇ ਤੁਹਾਨੂੰ ਇਹ ਦੱਸ ਦਈਏ, ਕੱਲ ਨੂੰ ਇਸ ਦਾ ਜੋ ਨੀਰੂ ਹਾਜਬਾ ਜੀ ਨਾਲ ਗਾਣਾ ਆਉਣ ਵਾਲਾ ਹੈ ਐਲਬਮ, ਦੋਸਤੋ ਇਸ ਦੀ ਚੱਲ ਰਹੀ ਹੈ, ਪਹਿਲਾਂ ਇਸਨੇ ਇੱਕ ਵਾਰੀ ਆਪਣੀ ਐਲਬਮ ਪੋਸਟਪੋਨ ਵੀ ਕਰ ਦਿੱਤੀ ਸੀ। ਤੇ ਦੋਸਤੋ ਕੱਲ ਨੂੰ ਅਮਰਤ ਮਾਨ ਦੀ ਐਲਬਮ ਦਾ ਤੀਜਾ ਗਾਣਾ ਔਲਬਮ, ਜਿਸ ਦੀਆਂ ਹੀ ਪੋਸਟਾਂ ਉਹ ਆਪਣੇ ਅਫੀਸ਼ੀਅਲ ਅਕਾਊਂਟ ਤੇ ਵੀ ਸ਼ੇਅਰ ਕਰ ਰਿਹਾ ਹੈ। ਤੇ ਦੇਖੋ ਕੱਲ ਨੂੰ ਕੀ ਰਿਸਪੌਂਸ ਮਿਲਦਾ ਅਮਰਤ ਮਾਨ ਦੇ ਇਸ ਗਾਣੇ ਬਾਰੇ, ਵਾਕਈ ਹੀ ਦੋਸਤੋ ਦੇਖਣ ਵਾਲੀ ਗੱਲ ਹੋਵੇਗੀ। ਤੇ ਦੋਸਤੋ ਇਸ ਤੋਂ ਇਲਾਵਾ ਰਣਜੀਤ ਬਾਬਾ ਦੀ ਇਸ ਐਲਬਮ ਨੂੰ ਬਾਂਟੀ ਵੈਂਸ, ਤਰਸੇਮ ਜੱਸੜ, ਨਿੰਜਾ, ਗਿੱਪੀ ਗਰੇਵਾਲ ਤੇ ਇੱਕ ਦੋ ਹੋਰਨਾਂ ਸਟਾਰਾਂ ਨੇ ਵੀ ਸ਼ੇਅਰ ਕੀਤਾ ਹੈ। ਸੋ ਦੋਸਤੋ ਇਹ ਵੀ ਕਹਿ ਰਿਹਾ ਹੈ ਰਣਜੀਤ ਬਾਬਾ ਕਿ ਐਲਬਮ ਦਾ ਹਰੇਕ ਇੱਕ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਵੇਗਾ, ਇਸ ਗੱਲ ਦਾ ਮੈਂ ਵਾਅਦਾ ਕਰਦਾ ਹਾਂ। ਸੋ ਦੇਖੋ ਕਦੋਂ ਦੋਸਤੋ ਇਸ ਦੀ ਵੀ ਐਲਬਮ ਆਉਂਦੀ ਹੈ। ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਦਿਲਪ੍ਰੀਤ ਢਿੱਲੋਂ ਦਾ। ਉਸਨੇ ਵੀ ਦੋਸਤੋ ਹਾਲ ਹੀ ਪੋਸਟ ਪਾਉਂਦੇ ਹੋਏ ਲਿਖਿਆ, ਨੈਕਸਟ ਚੈਪਟਰ ਫੁੱਲ ਐਲਬਮ ਨੈਕਸਟ ਵੀਕ। ਸੋ ਦੋਸਤੋ ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਆਪਣੀ ਐਲਬਮ ਸਾਰੀ ਦੀ ਗੱਲ ਕਰ ਰਿਹਾ ਹੈ ਜਾਂ ਕਿਸੇ ਅਗਲੇ ਗਾਣੇ ਦਾ ਜ਼ਿਕਰ, ਜਾਂ ਕਹਿ ਲਈਏ ਵੀ ਇੱਕ ਗਾਣੇ ਦਾ ਨਾਮ ਹੀ ਹੈ ਉਸ ਦਾ ਜ਼ਿਕਰ ਕਰ ਰਿਹਾ ਹੈ। ਇਹ ਗੱਲ ਦੋਸਤੋ ਹਲੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ, ਪਰ ਹਾਂ ਇਸ ਨੇ ਵੀ ਆਪਣੀ ਐਲਬਮ ਦਾ ਐਲਾਨ ਕਰ ਦਿੱਤਾ ਹੈ। ਤੇ ਦੇਖੋ ਇਸ ਦੀ ਪੁਰਾਣੀ ਐਲਬਮ ਤਾਂ ਲੋਕਾਂ ਨੂੰ ਕਾਫੀ ਪਸੰਦ ਆਈ ਸੀ, ਕਿ ਇਹ ਵੀ ਉਸੇ ਤਰ੍ਹਾਂ ਹੀ ਫੈਨਾਂ ਨੂੰ ਪਸੰਦ ਆਵੇਗੀ, ਇਹ ਗੱਲ ਦੋਸਤੋ ਵਾਕਈ ਹੀ ਦੇਖਣ ਵਾਲੀ ਹੋਵੇਗੀ। ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਬਾਨੀ ਸੰਧੂ ਦਾ। ਪਹਿਲਾਂ ਦੋਸਤੋ ਇਹ ਸਿੱਧੂ ਮੂਸੇਵਾਲੇ ਦਾ ਅਸ ਗਾਣਾ ਸਾਉਣ ਦੀ ਦਿਖਾਈ ਦਿੱਤੀ। ਤੇ ਦੋਸਤੋ ਹੁਣ ਮੁੱਦੇ ਦੀ ਗੱਲ ਇਹ ਹੈ ਕਿ ਇਸ ਨੇ ਆਪਣੇ ਆਉਣ ਵਾਲੇ ਗਾਣੇ ਦੀਆਂ ਕੁਝ ਕੁ ਲਾਈਨਾਂ, ਜੋ ਦੋਸਤੋ ਸਟੂਡੀਓ ਟਾਈਮ ਦੀਆਂ ਹੀ ਸੀ, ਪਰ ਬਾਅਦ ਵਿੱਚ ਇਸ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਜ਼ਰੂਰ ਸ਼ੇਅਰ ਕੀਤੀਆਂ ਨੇ। ਤੇ ਦੋਸਤੋ ਇਹ ਵੀ ਦੱਸਿਆ ਹੈ ਇਸ ਦੀ ਆਡੀਓ ਤੇ ਵੀਡੀਓ ਅਸੀਂ ਬਹੁਤ ਜਲਦ ਹੀ ਰਿਲੀਜ਼ ਕਰਨ ਵਾਲੇ ਹਾਂ। ਸੂਟ ਸਵਾ ਕੇ ਕਾਲੇ ਰੌਲੇ ਛਿੜ ਕੇ ਲੱਗ ਗਏ।
ਤੇ ਦੋਸਤੋ ਬਾਨੀ ਸੰਧੂ ਦੀ ਐਲਬਮ ਪੋਸਟਰ ਤਾਂ ਇਸਦਾ ਦੋਸਤੋ 2019 ਦਾ ਪਾਇਆ ਹੋਇਆ ਹੈ ਦ ਬੌਸ ਲੇਡੀ ਪਰ ਉਸ ਤੋਂ ਬਾਅਦ ਉਸ ਬਾਰੇ ਕੋਈ ਵੀ ਉਗ ਸੁਗ ਨਹੀਂ ਮਿਲੀ ਤੇ ਜਿਵੇਂ ਕਿ ਦੋਸਤੋ ਹੁਣ ਪੰਜਾਬੀ ਆਰਟਿਸਟ ਵਿੱਚ ਐਲਬਮ ਦਾ ਟ੍ਰੈਂਡ ਚੱਲ ਰਿਹਾ ਹੈ ਬਾਨੀ ਸੰਧੂ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਇਹ ਵੀ ਆਪਣੀ ਐਲਬਮ ਦੀ ਅਫੀਸ਼ੀਅਲ ਡੇਟ ਕਿੰਨੇ ਗਾਣੇ ਹੋਣਗੇ ਕਿਸ ਨਾਲ ਕਲੈਬ ਹੈ ਇਹ ਸਭ ਕੁਝ ਕਲੀਅਰ ਕਰ ਹੀ ਦੇਵੇਗੀ ਤੇ ਦੇਖੋ ਅੱਗੇ ਦੋਸਤੋ ਕੀ ਹੁੰਦਾ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਰਨ ਔਜਲੇ ਦਾ ਜੋ ਕਿ ਦੋਸਤੋ ਉਸਦਾ ਕੱਲ ਬੰਦੂਕ ਗਾਣਾ ਲੀਕ ਹੋ ਚੁੱਕਾ ਹੈ ਤੇ ਦੋਸਤੋ ਹੁਣ ਸੋਸ਼ਲ ਮੀਡੀਆ ਤੇ ਇਸ ਬਾਬਤ ਇਹ ਚਰਚਾ ਹੋ ਰਹੀ ਹੈ ਕਿ ਸੇਮ ਹੀ ਕਨਸੈਪਟ ਜਿਵੇਂ ਦੋਸਤੋ ਸਿੱਧੂ ਮੂਸੇਵਾਲਾ ਆਪਣੀ ਗਰਲਫ੍ਰੈਂਡ ਕਹਿ ਲਓ ਮਸ਼ੂਕ ਕਹਿ ਲਓ ਗਾਨਾ ਨੂੰ ਕਹਿ ਰਿਹਾ ਹੈ ਉਦਾਂ ਹੀ ਕਰਨ ਔਜਲੇ ਦੇ ਇਸ ਗਾਣੇ ਵਿੱਚ ਜੋ ਕਿ ਦੋਸਤੋ ਲੀਕ ਗਾਣਾ ਹੈ ਇਸ ਵਿੱਚ ਉਹ ਵੀ ਬੰਦੂਕ ਨੂੰ ਆਪਣੀ ਮਸ਼ੂਕ ਹੀ ਕਹਿ ਰਿਹਾ ਹੈ ਤੇ ਦੋਸਤੋ ਕਨਸੈਪਟ ਕਾਫੀ ਹੱਦ ਤੱਕ ਮਿਲ ਵੀ ਰਿਹਾ ਹੈ ਪਰ ਗਾਣੇ ਲੀਕ ਕਿਵੇਂ ਹੋਏ ਪਹਿਲਾਂ ਦੋਸਤੋ ਸਿੱਧੂ ਮੂਸੇਵਾਲੇ ਦਾ ਗਾਣਾ ਲੀਕ ਹੋਇਆ ਤੇ ਉਸ ਤੋਂ ਬਾਅਦ ਹੀ ਕਰਨ ਔਜਲੇ ਦਾ ਸੇਮ ਕਨਸੈਪਟ ਵਾਲਾ ਗਾਣਾ ਲੀਕ ਹੋ ਗਿਆ ਤੇ ਦੋਸਤੋ ਜਿਸ ਕਰਕੇ ਸੋਸ਼ਲ ਮੀਡੀਆ ਤੇ ਇਸ ਬਾਬਤ ਵੀ ਕਾਫੀ ਗੱਲਾਂ ਹੋ ਰਹੀਆਂ ਨੇ ਤੇ ਦੋਸਤੋ ਰਹੀ ਗੱਲ ਇਹਨਾਂ ਦੇ ਵਿਵਾਦ ਦੀ ਕਰੀਅਰ ਦੇ ਸਟਾਰਟਿੰਗ ਵੇਲੇ ਤੋਂ ਹੀ ਹੈ ਆਪਣੇ ਗਾਣਿਆਂ ਵਿੱਚ ਆਪਣੇ ਲਾਈਵ ਸ਼ੋ ਵਿੱਚ ਆਪਣੀਆਂ ਪੋਸਟਾਂ ਰਾਹੀਂ ਕਿੰਨੇ ਹੀ ਵਾਰ ਇੱਕ ਦੂਜੇ ਨੂੰ ਟਾਰਗੇਟ ਕਰ ਚੁੱਕੇ ਹਨ ਤੇ ਦੋਸਤੋ 15-16 ਤਰੀਕ ਉਸ ਤੋਂ ਵੀ ਪਤਾ ਲੱਗ ਰਿਹਾ ਸੀ ਕਿ ਕਰਨ ਔਜਲਾ ਸ਼ਾਇਦ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰ ਰਿਹਾ ਹੈ ਬੈਕ ਦਾ ਫੱਕ ਅਪ 10 ਮਿੰਟ ਇਹਨਾਂ ਗੱਲਾਂ ਨੇ ਦੋਸਤੋ ਸਾਬਤ ਵੀ ਕਰ ਦਿੱਤਾ ਸੀ ਪਰ ਹੁਣ ਦੋਸਤੋ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ 8 ਤਰੀਕ ਤੋਂ ਬਾਅਦ ਕਰਨ ਔਜਲਾ ਦੀ ਐਲਬਮ ਦੀ ਇੰਟਰੋ ਆ ਰਹੀ ਹੈ ਕਿ ਉਸ ਦੇ ਗਾਣੇ ਵੀ ਸਿੱਧੂ ਮੂਸੇਵਾਲੇ ਦੀ ਐਲਬਮ ਦੇ ਨਾਲ ਕਲੈਸ਼ ਹੋ ਜਾਣਗੇ ਅਗਲੇ ਮਹੀਨੇ ਦੀ 21 ਤਰੀਕ ਤੱਕ ਸਿੱਧੂ ਦੀ ਐਲਬਮ ਦੇ ਗਾਣੇ ਚੱਲਣ ਵਾਲੇ ਨੇ ਇਸੇ ਮਹੀਨੇ ਰਣਜੀਤ ਬਾਵਾ ਦੀ ਐਲਬਮ ਵੀ ਆ ਰਹੀ ਹੈ ਦਿਲਪ੍ਰੀਤ ਢਿੱਲੋਂ ਨੇ ਵੀ ਕਹਿ ਦਿੱਤਾ ਹੈ ਦੋਸਤੋ ਦਲਜੀਤ ਦੋਸਾਂਝ ਉਸਦਾ ਵੀ ਇੱਕ ਸ਼ਖਸ ਰਾਜ ਰਣਜੋਤ ਉਹ ਵੀ ਇਹ ਕਹਿ ਰਿਹਾ ਹੈ ਕਿ 10-15 ਦਿਨਾਂ ਤੱਕ ਦਲਜੀਤ ਦੋਸਾਂਝ ਵੀ ਆਪਣੀ ਐਲਬਮ ਦਾ ਪੋਸਟਰ ਪਾ ਦੇਵੇਗਾ ਤੇ ਦੋਸਤੋ ਹੋਰ ਵੀ ਬਹੁਤ ਸਾਰੇ ਸਿਤਾਰੇ ਜਿਨ੍ਹਾਂ ਦੀਆਂ ਐਲਬਮਸ ਦੇ ਗਾਣੇ ਚੱਲ ਰਹੇ ਹਨ ਪਰ ਕਲੈਸ਼ ਮੇਨ ਮੰਨੀ ਜਾਵੇਗੀ ਸਿੱਧੂ ਕਰਨ ਔਜਲਾ ਤੇ ਦਲਜੀਤ ਦੋਸਾਂਝ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਰਨ ਔਜਲਾ ਜਿਸ ਦਾ ਕਿ ਦੋਸਤੋ ਇੱਕ ਗਾਣਾ ਲੀਕ ਹੋਇਆ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗਾਣਾ ਐਲਬਮ ਦਾ ਹੀ ਗਾਣਾ ਸੀ ਸੇਮ ਕਨਸੈਪਟ ਸਨ ਚਲੋ ਦੋਸਤੋ ਉਸ ਬਾਰੇ ਤਾਂ ਹੁਣ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਅਸੀਂ ਪਰ ਕੀ ਵਾਕਈ ਹੀ 8 ਤਰੀਕ ਤੋਂ ਬਾਅਦ ਜਦੋਂ ਦੋਸਤੋ ਇਹ ਆਪਣੀ ਐਲਬਮ ਦੀ ਇੰਟਰੋ ਪਾ ਦੇਣਗੇ ਕਿ ਇਹਨਾਂ ਦੀ ਕਲੈਸ਼ ਹੋ ਸਕਦੀ ਹੈ ਸਿੱਧੂ ਦੇ ਗਾਣਿਆਂ ਨਾਲ ਤੇ ਦੋਸਤੋ ਇਸ ਬਾਬਤ ਤੁਸੀਂ ਬਹੁਤ ਸਾਰੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਦੇਖ ਹੀ ਸਕਦੇ ਹੋ ਤੇ ਦੋਸਤੋ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਗਾਣੇ ਲੀਕ ਬਾਰੇ ਦੋਨਾਂ ਹੀ ਸਿੰਗਰਾਂ ਦੇ ਗਾਣੇ ਵੀ ਲੀਕ ਹੋਏ ਹਨ ਐਲਬਮ ਬਾਰੇ ਤੇ ਐਲਬਮ ਦੇ ਜੋ ਗਾਣੇ ਕਲੈਸ਼ ਹੋਣਗੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਦੋਸਤੋ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਦੋਸਤੋ ਸਿੱਧੂ ਮੂਸੇਵਾਲੇ ਨੇ ਜੋ ਅੱਜ ਸਵੇਰੇ ਇਸ ਦੀ ਸਕਿੱਟ ਆਈ ਹੈ ਇਸ ਨੂੰ ਆਪਣੀ ਫੇਵਰੇਟ ਸਕਿੱਟ ਦੱਸਿਆ ਹੈ ਤੇ ਇਸ ਤੋਂ ਇਲਾਵਾ 1-2 ਹੋਰ ਕਲਿਪਸ ਵੀ ਸਿੱਧੂ ਨੇ ਆਪਣੀ ਸਨੈਪਚੈਟ ਅਕਾਊਂਟ ਤੇ ਸ਼ੇਅਰ ਕੀਤੀਆਂ ਨੇ ਜੋ ਵੀ ਦੋਸਤੋ ਇਸ ਵੀਡੀਓ ਵਿੱਚ ਇੱਕ ਛੋਟਾ ਬੱਚਾ ਦਿਖਾਈ ਦੇ ਰਿਹਾ ਹੈ ਉਹ ਤੇ ਸਾਰਾ ਕਿਰਪਾਲ ਨੇ ਵੀ ਦੋਸਤੋ ਇਸ ਬਾਰੇ ਕੁਝ ਇੱਕ ਅਹਿਮ ਬਿਆਨ ਦਿੱਤੇ ਹਨ ਫੇਮ ਗੱਲ ਕਹਾ ਜੋ ਵੀ ਦਿਲ ਦੀ ਹੈ ਧਰਤੀ ਸਵੇਰੇ ਚਾ ਨਾ ਗੋਲੀ ਵਾਲੀ ਮਿਲਦੀ ਹੈ ਟੈਂਸ਼ਨ ਨਾ ਕੋਈ ਨਹੀਂ ਬੇਬੀ ਨਹੀਂ ਫਿਰਦੀ ਆ ਬੇਬੇ ਦੀ ਕਿਹੜੀ ਗੋਲੀ ਸੀਨਾ ਮੇਰਾ ਛਿੜਦੀ ਹੈ ਆਪਾਂ ਤਾਂ ਵੀ ਜਾਂਦੇ ਆ ਪਰ ਮਿਲ ਫਿੰਗਰਾਂ ਨੂੰ ਸਿੱਧੂ ਮੂਸੇਵਾਲਾ ਕੌਣ ਲੋਕ ਪੁੱਛਦੇ ਆ ਸਿੰਗਰਾਂ ਨੂੰ ਤੇ ਦੋਸਤੋ ਤੁਹਾਨੂੰ ਇਹ ਗਾਣਾ ਕਿੱਦਾਂ ਦਾ ਲੱਗਾ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਦੋਸਤੋ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਭੇਜ ਸਕਦੇ ਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ।